ਰੈਨੋ ਜੀ, ਅਤੇ ਅੱਜ ਆਪਾਂ ਹੈਰੀਸਨ ਹੌਟ ਸਪਰਿੰਗ ਆਏ ਹੋਏ ਹਾਂ ਜੀ, ਅਤੇ ਹੈਰੀਸਨ ਹੌਟ ਸਪਰਿੰਗ ਤੋਂ ਤੁਹਾਨੂੰ ਲਾਈਵ ਫੁਟੇਜ ਆਪਾਂ ਦਿਖਾ ਰਹੇ ਹਾਂ, ਅਤੇ ਬਹੁਤ ਹੀ ਜ਼ਿਆਦਾ ਵਧੀਆ ਇਹ ਪਲੇਸ ਹੈ ਜੀ ਹੈਰੀਸਨ ਹੌਟ ਸਪਰਿੰਗ। ਅਤੇ ਅੱਜ ਆਪਾਂ ਸੋਚਿਆ ਚਲੋ ਇੱਥੋਂ ਲਾਈਵ ਕਰਦੇ ਹਾਂ ਅਤੇ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਫੁਟੇਜ। ਅਤੇ ਨਜ਼ਾਰੇ ਪੂਰੇ ਅੱਜ ਆਏ ਹੋਏ ਆ ਜੀ ਇੱਥੇ ਹੈਰੀਸਨ ਹੌਟ ਸਪਰਿੰਗ ਤੋਂ, ਅਤੇ ਅਸੀਂ ਥੋੜ੍ਹਾ ਜਿਹਾ ਅਰਲੀ ਆ ਗਏ ਸੀ ਕਰਕੇ, ਅਤੇ ਹਾਲੇ ਜ਼ਿਆਦਾ ਜਿੱਦਾਂ ਪਬਲਿਕ ਆਉਣੀ ਆਪਣੇ ਨਹੀਂ ਸਟਾਰਟ ਹੋਈ, ਅਤੇ ਪਰ ਆ ਜਾਣਾ ਹੌਲੀ ਹੌਲੀ ਲੋਕਾਂ ਨੇ ਸਾਰਿਆਂ ਨੇ। ਪਰ ਤੁਸੀਂ ਦੇਖੋ ਵਿਊ, ਅੱਜ ਮੌਸਮ ਠੰਡਾ ਆ, ਜ਼ਿਆਦਾ ਗਰਮ ਨਹੀਂ ਹੈ, ਅਤੇ ਅਲਟਰਾ ਵਾਈਟ ਤੁਹਾਨੂੰ ਵਿਊ ਦਿਖਾਉਂਦੇ ਹਾਂ ਥੋੜ੍ਹਾ ਜਿਹਾ। ਅਤੇ ਜਿੰਨੇ ਵੀ ਆਪਣੇ ਵੀਰ ਭੈਣ ਭਰਾ ਸਾਰੇ ਜੁੜੇ ਆਪਣੇ ਚੈਨਲ ਨਾਲ, ਅਤੇ ਆ ਜਾਓ ਤੁਸੀਂ ਦੇਖੋ ਲਾਈਵ ਹੈਰੀਸਨ ਹੌਟ ਸਪਰਿੰਗ ਪੀ ਸੀ। ਇਹ ਲੇਕ ਆ ਜੀ ਬਹੁਤ ਵਧੀਆ, ਅਤੇ ਬਹੁਤ ਹੀ ਜ਼ਿਆਦਾ ਠੰਡਾ ਪਾਣੀ ਇੱਥੇ। ਮੈਂ ਵੀਡੀਓ ਬਣਾ ਰਿਹਾ ਸੀਗਾ ਡਰੋਨ ਦੇ ਨਾਲ ਅਤੇ ਦੂਜੇ ਕੈਮਰੇ ਦੇ ਨਾਲ, ਅਤੇ ਮੈਂ ਕਿਹਾ ਚਲੋ ਲਾਈਵ ਹੋ ਜਾਂਦੇ ਹਾਂ ਚੈਨਲ 'ਤੇ, ਅਤੇ ਲਾਈਵ ਹੋ ਕੇ ਤੁਹਾਨੂੰ ਦਿਖਾ ਦਿੰਦੇ ਵੀਡੀਓ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਜਿਹੜੇ ਵੀ ਵੀਰ ਭੈਣ ਭਰਾ ਆਪਣਾ ਚੈਨਲ ਦੇਖ ਰਹੇ ਆ, ਅਤੇ ਆ ਜਾਓ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਨਜ਼ਾਰੇ ਹੈਰੀਸਨ ਹੌਟ ਸਪਰਿੰਗ ਦੇ। ਅਤੇ ਅੱਜ ਬੱਦਲ ਕਾਫੀ ਹੋਏ ਹੋਏ ਆ, ਅਤੇ ਪਰ ਆਪਾਂ ਪਲੈਨ ਕੀਤਾ ਹੋਇਆ ਸੀ ਘੁੰਮਣ ਆਉਣ ਦਾ, ਬਸ ਹੌਲੀ ਹੌਲੀ ਆਪਾਂ ਤੁਹਾਨੂੰ ਸਾਰਾ ਇਹ ਦਿਖਾਵਾਂਗੇ ਅੱਜ ਹੈਰੀਸਨ ਹੌਟ ਸਪਰਿੰਗ। ਅਤੇ ਤੁਸੀਂ ਆ ਜਾਓ ਲਾਈਵ ਜੁੜੋ ਆਪਣੇ ਨਾਲ, ਤੁਹਾਨੂੰ ਲਾਈਵ ਦਿਖਾਉਂਦੇ ਹਾਂ ਸਾਰਾ। ਲਓ ਜੀ ਦੇਖੋ, ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਆਪਣੀ ਵੀਡੀਓ ਦੀ ਕੁਆਲਿਟੀ ਵਗੈਰਾ ਠੀਕ ਆ ਰਹੀ ਆ, ਅਤੇ ਕਿਉਂਕਿ ਇੰਟਰਨੈਟ ਹੈ ਨਹੀਂ, ਆਪਾਂ ਫੋਨ ਵਾਲਾ ਡਾਟਾ ਯੂਜ਼ ਕਰ ਰਹੇ ਹਾਂ, ਜੇ ਵਾਈਫਾਈ ਸਿਗਨਲ ਹੋਵੇ ਫਿਰ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ ਜੀ। ਵਿਊ ਵਧੀਆ, ਆ ਜਾਓ ਆਪਾਂ ਥੋੜ੍ਹਾ ਜਿਹਾ ਟ੍ਰੇਲ ਦੇ ਨਾਲ ਨਾਲ ਆਪਾਂ ਚੱਲਦੇ ਹਾਂ, ਜਾ ਕੇ ਆਉਂਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹੀ ਜਿਹੀ ਲੇਕ, ਹੋਰ ਲੇਕ ਦਾ ਵਿਊ ਤੁਹਾਨੂੰ ਦਿਖਾਉਂਦੇ ਹਾਂ। ਇੱਧਰ ਆਹ ਜਿਹੜੀ ਬੈਕ ਸਾਈਡ 'ਤੇ ਹੈ ਜੀ, ਇਹ ਆਪਣੇ ਲੇਕ ਆ, ਇਹਦਾ ਥੋੜ੍ਹਾ ਜਿਹਾ ਪਾਣੀ ਨੋਰਮਲ ਹੁੰਦਾ, ਇਹ ਜ਼ਿਆਦਾ ਨਹੀਂ ਆਪਣੇ ਠੰਡਾ ਹੁੰਦਾ ਇੰਨਾ। ਅਤੇ ਪਰ ਜਿਹੜੀ ਇੱਧਰਲੀ ਸਾਈਡ 'ਤੇ ਆ, ਇਹ ਤਾਂ ਸਿੱਧਾ ਆਪਣੇ ਬਰਫ਼ ਦਾ ਪਾਣੀ ਇਹਦੇ ਵਿੱਚੋਂ ਆਉਂਦਾ ਆ ਜੀ ਘੁੰਮ ਕੇ, ਅਤੇ 5 ਮਿੰਟ ਤੋਂ ਜ਼ਿਆਦਾ ਨਹੀਂ ਆਪਾਂ ਇਹਦੇ ਵਿੱਚ ਇਸ਼ਨਾਨ ਪਾਣੀ ਕਰ ਸਕਦੇ, ਨਹਾ ਸਕਦੇ। ਅਤੇ ਆ ਜਾਓ ਥੋੜ੍ਹਾ ਆਪਾਂ ਚੱਲਦੇ ਅੱਗੇ ਨੂੰ, ਤੁਹਾਨੂੰ ਦਿਖਾਉਂਦੇ ਹਾਂ ਥੋੜ੍ਹਾ ਜਿਹਾ ਹੋਰ ਵਿਊ ਤੁਹਾਨੂੰ ਅੱਜ ਦਾ ਵਲੌਗ ਅਤੇ ਵੀਡੀਓ ਅਤੇ ਆਪਣੀ ਇਹ ਲੋਕੇਸ਼ਨ ਜਿਹੜੀ ਜਿੱਥੇ ਆਪਾਂ ਆਏ ਹੋਏ ਹਾਂ ਤੁਹਾਨੂੰ ਵਧੀਆ ਲੱਗਦੀ ਹੈ, ਅਤੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਕੇ ਦੱਸਿਓ। ਇਹ ਲਓ ਤੁਹਾਨੂੰ ਵਿਊ ਥੋੜ੍ਹਾ ਜਿਹਾ ਹੋਰ ਜ਼ਿਆਦਾ ਦਿਖਾਉਂਦੇ, ਕਿਤੇ ਇੱਥੇ ਪੈਰ ਆਪਣੇ ਸਿੱਟਣ ਨੂੰ ਜਗ੍ਹਾ ਨਹੀਂ ਹੁੰਦੀ ਜੀ, ਤੈਲ ਸਿੱਟਣ ਨੂੰ ਸੋਰੀ,
ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਇੱਥੇ। ਪਰ ਅੱਜ ਹਾਲੇ ਥੋੜ੍ਹਾ ਮੌਸਮ ਵੀ ਠੰਡਾ ਆ ਅਤੇ ਅੱਜ ਤੁਹਾਨੂੰ ਆ ਥੋੜ੍ਹਾ ਜਿਹਾ ਪਿੱਛੇ ਆਪਾਂ ਘਰਾਂ ਵਾਲਾ ਥੋੜ੍ਹਾ ਜਿਹਾ ਵਿਊ ਦਿਖਾਉਂਦੇ ਹਾਂ। ਆਹ ਜਿਹੜੇ ਪਿੱਛੇ ਆਪਣੇ ਰੈਂਟ ਕਰ ਲਈ ਘਰ ਆ, ਵਿੱਚ ਹੋਟਲ ਵੀ ਆ। ਹੋਟਲ ਥੋੜ੍ਹਾ ਜਿਹਾ ਉੱਦਾਂ ਆਪਣੇ ਇੱਧਰਲੀ ਸਾਈਡ 'ਤੇ ਪੈ ਜਾਂਦੇ ਆ ਅਤੇ ਵਿੱਚ ਆ ਨਵੇਂ ਵੀ ਬਣ ਰਹੇ ਆ ਇੱਧਰ ਹਾਲੇ। ਅਤੇ ਤੁਸੀਂ ਦੇਖੋ ਵਿਊ ਅਤੇ ਲਓ ਨਜ਼ਾਰੇ, ਆਪਾਂ ਵੀ ਲੈ ਰਹੇ ਹਾਂ ਹੈਰੀਸਨ ਹੌਟ ਸਪ੍ਰਿੰਗ। ਹਾਂਜੀ ਨੈੱਟ ਨੁੱਟ ਲਾਇਆ ਇੱਥੇ, ਵਾਲੀਬਾਲ ਖੇਡਦੇ ਹਾਂ। ਆ ਜਾਓ ਥੋੜ੍ਹਾ ਚੱਲਦੇ ਹਾਂ ਅੱਗੇ ਅਤੇ ਤੁਹਾਨੂੰ ਹੋਰ ਦਿਖਾਉਂਦੇ ਹਾਂ ਥੋੜ੍ਹੀ ਜਿਹੀ ਫੁਟੇਜ। ਅੱਜ ਐਕਸਟਰਨਲ ਮਾਈਕ ਨਹੀਂ ਲਾਇਆ ਹੋਇਆ, ਆਪਾਂ ਫੋਨ ਨਾਲ ਹੀ ਲਾਈਵ ਕਰ ਰਹੇ ਹਾਂ। ਹੋ ਸਕਦਾ ਥੋੜ੍ਹੀ ਜਿਹੀ ਵਿੰਡ ਨੋਇਸ ਆਉਂਦੀ ਹੋਵੇ ਫੁਟੇਜ ਦੇ ਵਿੱਚ। ਉਹ ਬੈਕ ਸਾਈਡ 'ਤੇ ਤੁਹਾਨੂੰ ਮੈਂ ਦਿਖਾਉਂਦਾ ਜੀ, ਉੱਧਰ ਆਪਣੇ ਬੋਟ ਵਗੈਰਾ ਖੜ੍ਹੇ ਆ, ਉਹ ਸਾਰੇ ਆਪਣੇ ਬੋਟ ਵਗੈਰਾ ਉੱਧਰ। ਅਤੇ ਇੱਕ ਬੀਬੀ ਇੱਧਰ ਬੋਟ ਚਲਾ ਰਹੀ ਆ। ਹਾਂਜੀ ਇਹ ਜਿਉਂਦੇ ਜੀ ਅਸਲੀ ਜ਼ਿੰਦਗੀ, ਇਹ ਲੈਂਦੇ ਆ ਨਜ਼ਾਰੇ ਦੇਖੋ ਵਿੱਚ ਕਿਆ ਵਿਊ ਆ। ਬਹੁਤ ਹੀ ਵਧੀਆ ਲੇਕ ਹੈ ਜੀ, ਬਹੁਤ ਪਿਆਰੀ ਲੇਕ। ਮੈਨੂੰ ਲੱਗਦਾ ਅੱਜ ਆਪਣੀ ਚੈਟ ਨਹੀਂ ਕਨੈਕਟ ਹੋ ਰਹੀ। ਸਕਦਾ ਨੈਟਵਰਕ ਥੋੜ੍ਹਾ ਜਿਹਾ ਸਲੋ ਹੋਵੇ। ਹਾਂਜੀ ਫਿਰ ਕਿੱਦਾਂ ਲੱਗ ਰਿਹਾ ਜੀ ਆਪਣਾ ਲੇਕ ਦਾ ਵਿਊ? ਜੀ ਤੁਹਾਨੂੰ ਰੌਕ ਵੀ ਦਿਖਾ ਦਿੰਦੇ ਹਾਂ। ਅੱਗੇ ਚੱਲਦੇ ਹਾਂ, ਤੁਹਾਨੂੰ ਹੋਰ ਵੀ ਵਿਊ ਦਿਖਾਉਣੇ ਆ। ਲਓ ਜੀ ਆ ਸਾਰੇ ਇੱਧਰ ਜੀ ਸਾਈਡ 'ਤੇ ਬੈਠੇ ਆ ਜੀ। ਸਵੇਰੇ ਸਵੇਰੇ ਆ ਕੇ ਜਗ੍ਹਾ ਮੰਨ ਲਈਆਂ ਆਪਾਂ। ਆ ਇੱਧਰਲੀ ਸਾਈਡ 'ਤੇ ਆਪਣਾ ਆ ਜੀ ਪ੍ਰੋਗਰਾਮ, ਇੱਧਰ ਆਪਣੇ ਬੰਦੇ ਬੈਠੇ ਆ ਅਤੇ ਆ ਹੋਟਲ ਆ ਜੀ ਇੱਧਰ।
हैरिसन बीच होटल ते ऐत की रूम नहीं आप मिलिया ते काफ़ी देर तो ये बुक होए होया क्योंकि कोविड का करके सारे लोग इदा स्टक होए हुए थे। आ जाओ उधर अगे चलते हैं, उधर तुहानू प्ले एरिया भी दिखाने हैं। अरे जीवन सिंह लगा होया खेडन उधर रिलता करता वो, चलते हैं उन्होंने। आज इधर दी आ जी अपने घर आने का रास्ता, बस जो भी आना हैरिसन हॉट स्प्रिंग आह मेन रास्ता जी। तो बस इतने रोड के नाल नाल सारी पार्किंग अपनी बनी हुई है। तो तुम थोड़ा जहा बच्चों का प्ले एरिया भी दिखाने। लो जी आह अपना बच्चों का प्ले एरिया। जीवन सिंह खेलता से अगे इतने, पता नहीं किधर चल गया वो। तो आई छोटी जी स्पॉट खेडन बनी हुई है, बच्चों तो लैके बजुर्गों तक पूरा इतने फन है जी। हैरिसन हॉट स्प्रिंग्स आज तुम होर दिखा के लिया। आया जी अपने आइसक्रीम शॉप ते इटालियन रेस्टोरेंट, अगे फिर एक होटल आ, वह पिछे उ घर आ गए जेडे अपने तुहानू उधर बैक साइड तो दिखा ले सके। आ देखो बस धुप जिदा जिदा लग रही है, पार्किंग फुल होंदी जा रही है। तो अपने सारे आपो अपनी स्पॉट मल रहे कह सकते पंजाबी। लो जी तुसी देखो हैरिसन हॉट स्प्रिंग। माउंटेन्स देखो जी पिछे किन्ने वधिया लग रहा है। हाँ जी जन्नत होर इदों परे आपां कीड़ी कह सकते हैं, जींदे जी देखण वाली जन्नत तो यही है जी। हो सकता अज आपां फोन ना लाइव होए या करके थोड़ी क्वालिटी ना वधिया होवे, ते आपां उधर थोड़े जिहे बीच वाली साइड चलते हैं। मैनूं लगदा जीवन होनी भी उधर चले गए खेडण नूं, ते उधरली साइड आपां चलते हैं तुहानूं दिखाउणे। होर इधरली बैक साइड से भी आ पिछे सारे अपने उधरली साइड से जी वो सारे रेस्टोरेंट आ। रेस्टोरेंट खावे आप अज डिनर क्योंकि ब्रेकफास्ट तो लंच तो आप लैके आंदा है जी, तो नाले बारबीक्यू करना हाले आप बारबीक्यू कर लगे भी।
आप लाइव होवे आज तुम होर थोड़ा जहा हले दिखाने व्यू हाँ भी की बनता बाकी बंदे किधर गए ओ लगा है जीवन सिंह ओ थले अपनी चाची ने खेडन लगा है दिखाने तुम लो जी रेड कारपेट से तो तुरे हैं आज ब्लू कारपेट से पहली बार तुर रहे हैं आ देखो जी इधर आ लगा हुआ जीवन सत श्री अकाल जी सत श्री अकाल सत श्री अकाल जी अपने चैनल से तुहाडा बहुत बहुत स्वागत आ देखो जीवन सिंह जीवन की करदा ये की करदा हैं दसो की बनाया बनाया पुत आ गए तुसी भी चलो तुसी भी लाइव च हिस्सा पा लिया लो जी जीवन मिला था ये बना रहा सीमेंट की फैक्ट्री ये कोई घर घर बनाऊगा लेटर आना वा जीवन की करता ओए कुछ भी नहीं हाँ जी आ जाओ फिर तुहानू भी घुमाइए दिखाइए हैरिसन हॉट स्प्रिंग लेक बहुत ही प्यारी ले गई जीवन पानी पुत बहुत ठंडा होना पुत पानी बहुत ठंडा होना फिर ना बस कर फिर ठहर के खेल लिया धुप लग लें पुत हाँ जी जे अज दा व्लॉग ते लाइव तुहानू वधिया लगा जी लोकेशन वधिया लगी आ होप दे विच बीसी दे विच ते लाइक ते शेयर जरूर करो ते अपना चैनल जरूर सबसक्राइब करो जी मिलदे आ फिर वीडियो अपलोड करांगे आपां इक दे दिन च ते ड्रोन नाल भी वीडियो बनावांगे फुटेज लावांगे सारा ब्लॉग तुहाडे नाल करांगे शेयर लाइव आपां हुण बंद करदे आ जी